ਬਹੁਤ ਵਧੀਆ ਉਪਰਾਲਾ। ਸਤਿਗੁਰੂ ਸਾਹਿਬ ਜੀ ਦਾ ਕੋਟ ਆਨ ਕੋਟ ਧੰਨਵਾਦ ਹੈ। ਆਓ ਮਨਚਿਤ ਵਿਰਦਿਆਂ ਇਕਾਗਰ ਕਰੀਏ, ਹੁਕਮ ਲੈਮਨ ਲੈ ਕਰਕੇ ਆਪਾਂ ਆਰੰਭ ਕਰੀਏ ਜੀ। ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫ ਤੁਖ ਸਮਦੀ ਨੂਰ ਅਰਸ ਹੋ ਪੁਰਸ ਹੋ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਠਾਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੈ ਹੈ ਰਾਖੀ ਸਰਣ ਸਚੇ ਕੀ ਤਾਕੀ ਠਾਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੈ ਹੈ ਰਾਖੀ ਸਰਣ ਸਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰੇ ਹਰ ਨਾਮ ਦਿਓ ਦਾਰੂ ਤਿਨ ਸਗਲਾ ਰੋਗ ਬੇਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸੁਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰੂ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੀ ਹੋਈ ਹੈ 767 ਅੰਗ 'ਤੇ ਜੋ ਸੂਹੀ ਰਾਗ ਦੇ ਵਿੱਚ ਸ਼ੰਤ ਤੀਜੇ ਪਾਤਸ਼ਾਹ ਤੋਂ ਆਰੰਭ ਹੁੰਦਾ ਹੈ, ਆਪਾਂ ਉੱਥੋਂ ਆਰੰਭ ਕਰਨਾ ਹੈ ਅੱਜ ਦੇ ਦਿਨ। ਆਓ ਮਨਚਿਤ ਵਿਰਤੀਆਂ ਇਕਾਗਰ ਕਰੀਏ ਅਤੇ ਗੁਰਬਾਣੀ ਵਿੱਚ ਜੁੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
राग सूही शांत महला तीजा घर दूजा एक ओंकार सतगुर प्रसाद सुख सोहेलड़ा हर त्यावहो गुरमुखे हरे फल पावहो गुरमुख फल पावहो हर नाम त्यावहो जन्म जन्म के दुख निवारे बलहारी गुर अपने विटहो जिन कारज सब सवारे हर प्रभ कृपा करे हर जाप हो सुख फल हर जन पाव हो नानक कह सुनो जन पाई सुख सोहिलड़ा हर त्याव हो सुन हार गुण पीने सहज सुभाए गुरमत सहजे नाम ते आए जिन का तुर लिखिया तिन गुर मिलिया तिन जन्म मरण पाओ भागा तंद रहो दुरमत दूजी खोई सो जन हर लेव लागा जिन काओ कृपा कीनी मेरै स्वामी तिन अन दिन हर गुण गाए सुन मन पीने सहज सुभाए जुग मह राम नाम निस्तारा गुर ते उपजै शब्द विचारा गुर शब्द विचारा राम नाम प्यारा जिस कृपा करे सो पाए सहजे गुण गावै दिन राती किल विख सब गवाए हर गुण गाए सदा तृप्तासी फिर भूख न लागै आए दह दिस पूज हो वै हर जन की जो हर हर नाम ते आए नानक हर आपे जोड़ विछोड़े हर बिन को दूजा नाही साजन आए गुठहे घर माही एक ओंकार सतगुर प्रसाद राग सूही महला तीजा घर तीजा भगत जना
ਵਾਹਿਗੁਰੂ।